ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਕਰਦਾ ਤੁਹਾਡਾ ਸਾਰਿਆਂ ਦਾ ਮੀਤ ਅਕੈਡਮੀ ਦੇ ਅਫੀਸ਼ੀਅਲ YouTube ਚੈਨਲ ਤੇ ਤੇ ਅੱਜ ਤੁਹਾਡੀ ਬਹੁਤ ਵਧੀਆ ਰਿਕਰੂਟਮੈਂਟ ਅਪਡੇਟ ਲੈ ਕੇ ਆਇਆ ਹਾਂ ਜੋ ਕਿ ਪੰਜਾਬ ਦੇ ਕੈਂਡੀਡੇਟ ਲਈ ਨਿਕਲ ਕੇ ਆ ਚੁੱਕਿਆ ਹੈ ਜੀ ਜਿਸ ਦੇ ਵਿੱਚ ਅਗਰ ਅਸੀਂ ਗੱਲ ਕਰੀਏ ਤਾਂ ਅੱਜ ਹੀ ਵੈਕੈਂਸੀਜ਼ ਜਿਹੜੀਆਂ ਨੇ 10ਵੀਂ 12ਵੀਂ ਗ੍ਰੈਜੂਏਸ਼ਨ ਵਾਲਿਆਂ ਲਈ ਅਲੱਗ-ਅਲੱਗ ਪੋਸਟਾਂ ਜਿਹੜੀਆਂ ਨੇ ਹੋ ਰਹਿਣ ਵਾਲੀਆਂ ਨੇ ਕਿੱਦਾਂ ਤੁਸੀਂ ਇਹਦੇ ਲਈ ਅਪਲਾਈ ਕਰੋਗੇ ਕੌਣ-ਕੌਣ ਅਪਲਾਈ ਕਰ ਸਕਦਾ ਹੈ ਪੂਰੀ ਜਾਣਕਾਰੀ ਅੱਜ ਇਸ ਵੀਡੀਓ 'ਚ ਤੁਹਾਨੂੰ ਦਵਾਂਗਾ ਤੋ ਵੀਡੀਓ ਨੂੰ ਤੁਸੀਂ ਐਂਡ ਤੱਕ ਪੂਰਾ ਜ਼ਰੂਰ ਦੇਖਿਓ ਫਸਟ ਟਾਈਮ ਚੈਨਲ ਤੇ ਆਇਆ ਹਾਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਨਾਲ ਦੇ ਨਾਲ ਬੈਲ ਆਈਕਨ ਵੀ ਦਬਾ ਲਿਓ ਤਾਂ ਕਿ ਹਰ ਇੱਕ ਰਿਕਰੂਟਮੈਂਟ ਅਪਡੇਟ ਤੁਹਾਨੂੰ ਤੁਹਾਡੇ ਮੋਬਾਈਲ ਦੇ ਵਿੱਚ ਮਿਲਦਾ ਰਹੇ ਤੇ ਸਮਾਂ ਰਹਿੰਦੇ ਤੁਸੀਂ ਇਹਦੇ ਲਈ ਅਪਲਾਈ ਕਰ ਪਾਓ ਵੈਕੈਂਸੀਜ਼ ਦੀ ਗੱਲ ਕਰੀਏ ਤਾਂ ਹੋਰ ਬਹੁਤ ਸਾਰੀਆਂ ਵੈਕੈਂਸੀਜ਼ ਨੇ ਜਿਨ੍ਹਾਂ ਨੂੰ ਤੁਸੀਂ ਸਾਡੀ ਵੈਬਸਾਈਟ ਤੇ ਜਾ ਕੇ ਚੈੱਕ ਕਰਕੇ ਅਪਲਾਈ ਕਰ ਸਕਦੇ ਹੋ ਜਿਸ ਦੇ ਲਈ ਸਿੰਪਲੀ ਤੁਸੀਂ ਗੂਗਲ 'ਚ ਜਾਣਾ ਹੈ ਤੇ ਟਾਈਪ ਕਰਨਾ ਹੈ ਜੀ meetacademy.xyz ਤੇ ਫਸਟ ਨੰਬਰ ਤੇ ਤੁਹਾਨੂੰ ਸਾਡੀ ਵੈਬਸਾਈਟ ਜਿਹੜੀ ਹੈ ਜੀ ਉਹ ਮਿਲ ਜਾਵੇਗੀ ਉੱਥੋਂ ਤੁਸੀਂ ਸਾਰੇ ਜੋਬ ਰਿ ਮੈਂ ਤੁਹਾਨੂੰ ਸਾਰੇ ਲੇਟੈਸਟ ਰਿਕਰੂਟਮੈਂਟ ਅਪਡੇਟ ਜਿਹੜੇ ਨੇ ਉਹ ਲੈ ਕੇ ਆਉਂਦਾ ਹੀ ਰਹਿਣਾ ਹੈ ਤੇ ਬਾਕੀ ਤੁਹਾਨੂੰ ਕੋਈ ਕਿਸੇ ਤਰ੍ਹਾਂ ਦਾ ਡਾਊਟ ਹੁੰਦਾ ਹੈ ਜਾਂ ਤੁਸੀਂ ਕਿਸੇ ਤਰ੍ਹਾਂ ਦੀ ਕਿਸੇ ਜੌਬ ਦੀ ਤਿਆਰੀ ਕਰ ਰਹੇ ਹੋ ਸਰਕਾਰੀ ਨੌਕਰੀ ਦੀ ਤਾਂ ਉਹਦੇ ਲਈ ਤੁਸੀਂ ਸਾਡੀ ਵੈਬਸਾਈਟ ਤੋਂ ਜਿਹੜਾ ਸਟੱਡੀ ਮਟੀਰੀਅਲ ਹੈ ਡਾਊਨਲੋਡ ਜਿਹੜਾ ਹੈ ਜੀ ਤੁਸੀਂ ਕਰ ਸਕਦੇ ਹੋ ਤੇ ਚਲੋ ਚੱਲਦੇ ਹਾਂ ਜੀ ਰਿਕਰੂਟਮੈਂਟ ਅਪਡੇਟ ਦੇ ਉੱਪਰ ਤੇ ਉੱਥੇ ਚੱਲ ਕੇ ਅਫੀਸ਼ੀਅਲ ਨੋਟੀਫਿਕੇਸ਼ਨ ਤੋਂ ਮੈਂ ਤੁਹਾਨੂੰ ਸਾਰੀ ਜਾਣਕਾਰੀ ਜਿਹੜੀ ਹੈ ਜੀ ਉਹ ਦੇਣ ਵਾਲਾ ਹਾਂ ਤੇ ਚਲੋ ਚੱਲਦੇ ਹਾਂ ਜੀ ਰਿਕਰੂਟਮੈਂਟ ਦੇ ਉੱਪਰ ਸਭ ਤੋਂ ਪਹਿਲਾਂ ਗੱਲ ਕਰ ਲੈਣੇ ਆ ਸਭ ਤੋਂ ਪਹਿਲੀ ਜਿਹੜੀ ਵੈਕੈਂਸੀ ਹੈ ਜੀ ਡਿਪਟੀ ਰਜਿਸਟਰਾਰ ਦੀ ਹੈ ਜਿਸ ਦੇ ਵਿੱਚ ਤੁਹਾਡੀ ਸੈਲਰੀ ਜਿਹੜੀ ਹੈ ਜੀ 78800 ਜਿਹੜੀ ਹੈ ਉਹ ਰਹੇਗੀ ਉਸ ਤੋਂ ਬਾਅਦ ਨੈਕਸਟ ਗੱਲ ਕਰਾਂ ਤਾਂ ਇੱਥੇ ਇਨਫੋਰਮੇਸ਼ਨ ਸਾਇੰਟਿਸਟ ਦੀਆਂ ਵੈਕੈਂਸੀਜ਼ ਨੇ ਜਿਸ ਦੇ ਵਿੱਚ ਤੁਹਾਡੀ 55100 ਸੈਲਰੀ ਰਹੇਗੀ ਇੱਕ ਪੋਸਟ ਆਊਟ ਕੀਤੀ ਗਈ ਹੈ ਜੀ ਉਸ ਤੋਂ ਬਾਅਦ ਸਿਕਿਉਰਿਟੀ ਆਫੀਸਰ ਦੀ 44900 ਸੈਲਰੀ ਰਹੇਗੀ ਇੱਕ ਪੋਸਟ ਆਊਟ ਕੀਤੀ ਗਈ ਹੈ ਪ੍ਰਾਈਵੇਟ ਸੈਕਟਰੀ ਦੀ ਵੈਕੈਂਸੀ ਹੈ ਜੀ ਜਿਸ ਦੇ ਵਿੱਚ 44900 ਸੈਲਰੀ ਰਹੇਗੀ ਚਾਰ ਪੋਸਟਾਂ ਆਊਟ ਕੀਤੀਆਂ ਗਈਆਂ ਨੇ ਉਹਨਾਂ ਨੇ ਅੱਗੇ ਇਹਨੂੰ ਬਾਇਫਰਕੇਟ ਕੀਤਾ ਹੋਇਆ ਹੈ ਜਿਹੜੀ ਜਿਹੜੀ ਕਰ ਲੈਣਾ ਇੱਕ ਵਾਰੀ ਉਸ ਤੋਂ ਬਾਅਦ ਤੁਹਾਡੇ ਹੈਗੇ ਡਿਪਟੀਸ਼ਨ ਬੀਸਿਸ ਤੇ ਵੀ ਵੈਕੈਂਸੀਜ਼ ਨੇ ਫੈਕਟਰੀ ਦੀਆਂ ਜਿਸ ਦੇ ਵਿੱਚ 44900 ਸੈਲਰੀ ਰਹੇਗੀ ਉਸ ਤੋਂ ਬਾਅਦ ਸਟੇਟ ਆਫੀਸਰ ਦੀ ਇੱਕ ਵੈਕੈਂਸੀ ਹੈ ਜੀ ਜਿਸ ਦੇ ਲਈ ਸੇਮ ਸੈਲਰੀ ਹੈ ਸੈਕਸ਼ਨ ਆਫੀਸਰ ਦੀ ਵੀ ਸੇਮ ਸੈਲਰੀ ਹੈ ਨਰਸਿੰਗ ਆਫੀਸਰ ਦੀ ਵੀ ਸੇਮ ਸੈਲਰੀ ਹੈ ਇੱਕ ਇੱਕ ਪੋਸਟ ਹੈ ਉਸ ਤੋਂ ਬਾਅਦ ਹੈ ਪਰਸਨਲ ਅਸਿਸਟੈਂਟ ਦੀ ਜਿਸ ਦੇ ਵਿੱਚ 35400 ਤੁਹਾਡੀ ਸੈਲਰੀ ਹੈ ਤੇ ਤਿੰਨ ਪੋਸਟ ਆਊਟ ਕੀਤੀਆਂ ਗਈਆਂ ਨੇ ਹਿੰਦੀ ਟਰਾਂਸਲੇਟਰ ਦੀ ਵੈਕੈਂਸੀ ਹੈ ਜਿਸ ਦੇ ਵਿੱਚ ਸੇਮ ਸੈਲਰੀ ਹੈ ਤੇ ਇੱਕ ਪੋਸਟ ਆਊਟ ਕੀਤੀ ਗਈ ਹੈ ਅਸਿਸਟੈਂਟ ਦੀ ਪੋਸਟ ਹੈ ਜਿਸ ਦੇ ਵਿੱਚ ਤੁਹਾਡੀ ਸੇਮ ਸੈਲਰੀ ਹੈ 35400 सेम सैलरी ਹੈ ਇੱਕ ਪੋਸਟ ਆਊਟ ਕੀਤੀ ਗਈ ਹੈ ਫਾਰਮਾਸਿਸਟ ਦੀ ਇੱਥੇ ਜਿਹੜੀਆਂ ਨੇ ਇੱਕ ਵੈਕੈਂਸੀ ਆਊਟ ਕੀਤੀ ਗਈ ਹੈ सेम सैलरी ਹੈ ਤੁਹਾਡੀ ਸਾਈਡ ਉਸ ਤੋਂ ਬਾਅਦ ਸਟੈਟਿਕਲ ਅਸਿਸਟੈਂਟ ਦੀ ਵੈਕੈਂਸੀ ਹੈ ਜੀ सेम सैलरी ਤੇ ਇੱਕ ਪੋਸਟ ਹੈ ਅਪਰ ਡਿਵੀਜ਼ਨ ਕਲਰਕ ਦੀ ਜੀ ਇੱਕ ਵੈਕੈਂਸੀ ਹੈ ਜੀ 22500 ਸੌਰੀ 25500 ਤੁਹਾਡੀ ਸੈਲਰੀ ਹੈ ਜੀ ਲੈਬਾਰਟਰੀ ਅਸਿਸਟੈਂਟ ਦੀ ਵੀ 25500 ਤੇ ਦੋ ਪੋਸਟ ਆਊਟ ਕੀਤੀਆਂ ਗਈਆਂ ਨੇ ਲੋਅਰ ਡਿਵੀਜ਼ਨ ਕਲਰਕ ਦੀਆਂ ਜਿਹੜੀਆਂ ਨੇ ਇੱਥੇ 11 ਵੈਕੈਂਸੀਜ਼ ਜਿਹੜੀਆਂ ਨੇ ਨਿਮਲ ਐਲ ਡੀ ਸੀ ਦੀਆਂ 11 ਵੈਕੈਂਸੀਜ਼ ਆਊਟ ਹੋਈਆਂ ਨੇ ਜਿਹਦੇ ਲਈ ਤੁਹਾਡੀ ਸੈਲਰੀ 19900 ਸਟਾਰਟਿੰਗ ਰਹੇਗੀ ਉਸ ਤੋਂ ਬਾਅਦ ਨੈਕਸਟ ਗੱਲ ਕਰਾਂ ਤਾਂ ਕੁੱਕ ਦੀਆਂ ਵੈਕੈਂਸੀਜ਼ ਨੇ ਜਿਹ ਚ 19900 ਸੈਲਰੀ ਹੈ ਤੇ ਦੋ ਪੋਸਟ ਆਊਟ ਕੀਤੀਆਂ ਗਈਆਂ ਨੇ ਡਰਾਈਵਰ ਦੇ ਲਈ ਵੀ ਤੁਹਾਡੀਆਂ ਜਿਹੜੀਆਂ ਨੇ ਸੇਮ ਸੈਲਰੀ ਹੈ ਤੇ ਇੱਕ ਪੋਸਟ ਆਊਟ ਕੀਤੀ ਗਈ ਹੈ ਜੀ ਮਲਟੀਟਾਸਕਿੰਗ ਸਟਾਫ ਦੀਆਂ ਤਿੰਨ ਵੈਕੈਂਸੀਜ਼ ਨੇ ਲੈਬੋਰੀਟਰੀ ਅਟੈਂਡੈਂਟ ਦੀਆਂ ਤਿੰਨ ਨੇ ਲੈਬੋਰੀਟਰੀ ਅਟੈਂਡੈਂਟ ਡੀਆ ਡੈਪੂਟੇਸ਼ਨ ਬੇਸਿਸ ਤੇ ਉਹਦੀਆਂ ਵੀ ਤਿੰਨ ਨੇ ਇਸ ਦੇ ਵਿੱਚ ਤੁਹਾਡੀ 18000 ਸੈਲਰੀ ਜਿਹੜੀ ਹੈ ਉਹ ਇਸ ਦੇ ਵਿੱਚ ਰਹਿਣ ਵਾਲੀ ਹੈ ਜੀ ਉਸ ਤੋਂ ਇਲਾਵਾ ਇਸ ਦੇ ਵਿੱਚ ਸੈਮੀ ਪ੍ਰੋਫੈਸ਼ਨਲ ਅਸਿਸਟੈਂਟ ਦੀਆਂ ਸੈਲ ਪੋਸਟਾਂ ਨੇ ਜਿੱਥੇ 43000 ਤੁਹਾਡੀ ਕਨਸੋਲੀਡੇਟਡ ਪਰ ਮਨ ਸੈਲਰੀ ਹੈ ਕੰਪਿਊਟਰ ਪ੍ਰੋਗਰਾਮਰ ਦੀ ਵੀ ਸੇਮ ਸੈਲਰੀ ਹੈ ਤੇ ਮੇਕਅਪ ਆਰਟਿਸ ਦੀ ਵੈਕੈਂਸੀ ਵੀ ਹੈਗੀ ਹੈ 500 ਰੁਪਿਆ ਪਰ ਆਰ ਜਿਹੜਾ ਤੁਹਾਨੂੰ ਉਹ ਹੋਏਗਾ ਤੇ ਮੈਕਸਿਮ 3 ਆਰ ਦਾ ਪਰ ਡੇ ਤੁਹਾਨੂੰ ਕੰਮ ਜਿਹੜਾ ਹੈ ਉਹ ਮਿਲੇਗਾ ਮਤਲਬ 1500 ਰੁਪਏ ਪਰ ਮੰਥ ਤੁਹਾਡਾ ਬਣ ਜਾਂਦਾ ਹੈ ਜੀ ਜਿਹਦਾ ਤੁਹਾਡਾ ਅਗਰ ਮੈਂ ਇਹਨੂੰ ਮਹੀਨੇ ਦੇ ਨਾਲ ਕਰਾਂ ਮਲਟੀਪਲਾਈ ਮਤਲਬ ਤੁਹਾਡੇ ਆਫਸ ਵਗੈਰਾ ਵੀ ਕੱਢ ਕੇ ਅਗਰ ਅਸੀਂ ਗੱਲ ਕਰੀਏ ਤਾਂ ਇੱਥੇ ਤੁਹਾਡੇ ਮਤਲਬ 30-35 ਹਜ਼ਾਰ ਤੋਂ ਉੱਪਰ ਜਿਹੜੀ ਤੁਹਾਡੀ ਸੈਲਰੀ ਹੈ ਉਹ ਆਰਾਮ ਨਾਲ ਬਣ ਜਾਵੇਗੀ ਔਰ ਇਸ ਦੇ ਵਿੱਚ ਪਾਰਟ ਟਾਈਮ ਹੈ ਉਹ ਤੋਂ ਠੀਕ ਹੈ ਜੀ ਇਹਦੇ ਲਈ ਤੁਸੀਂ ਜਿਹੜਾ ਅਪਲਾਈ ਕਰਨਾ ਹੋਵੇਗਾ ਜੀ ਇਹ ਵੈਕੈਂਸੀਜ਼ ਜਿਹੜੀਆਂ ਨੇ ਉਹ ਆਊਟ ਕੀਤੇ ਆ ਗਏ ਆ ਨੇ ਸੈਂਟਰਲ ਯੂਨੀਵਰਸਿਟੀ ਆਫ ਪੰਜਾਬ ਵੱਲੋਂ ਜਿਹਦੇ ਲਈ 16 ਤਰੀ ਡਿਸਕ੍ਰਿਪਸ਼ਨ ਚ ਦੇ ਦਵਾਂਗਾ ਇਹਦੇ ਲਈ ਤੁਸੀਂ ਜਿਹੜਾ ਹਾਰਡ ਕਾਪੀਆਂ ਨਹੀਂ ਭੇਜਣੀਆਂ ਮੈਂ ਫਿਰ ਤੋਂ ਕਹਿ ਰਿਹਾ ਆਨਲਾਈਨ ਅਪਲਾਈ ਕਰਨਾ ਹੈ ਜੀ ਇਹ ਵੈਬਸਾਈਟ ਹੈ ਇੱਥੇ ਜਾ ਕੇ ਆਨਲਾਈਨ ਅਪਲਾਈ ਕਰ ਲਵੋ ਲਿੰਕ ਮੈਂ ਡਿਸਕ੍ਰਿਪਸ਼ਨ ਚ ਦੇ ਦਵਾਂਗਾ ਡਾਊਨਲੋਡ ਕਰਨ ਦੇ ਲਈ ਫਿਰ ਵੀ ਤੁਹਾਨੂੰ ਕੋਈ ਡਾਊਟ ਹੁੰਦਾ ਹੈ ਤਾਂ ਕਮੈਂਟ ਬਾਕਸ 'ਚ ਕਮੈਂਟ ਕਰਕੇ ਜ਼ਰੂਰ ਦੱਸਿਓ ਸੋ ਇਹ ਸੀਗਾ ਅੱਜ ਦਾ ਨੋਟੀਫਿਕੇਸ਼ਨ ਤੇ ਇਹਦਾ ਲਿੰਕ ਡਿਸਕ੍ਰਿਪਸ਼ਨ 'ਚ ਤੁਹਾਨੂੰ ਮੈਂ ਆਲਰੇਡੀ ਦੇ ਦਿੱਤਾ ਹੈ ਜੀ ਇਹ ਚ 10ਵੀਂ 12ਵੀਂ ਗ੍ਰੈਜੂਏਸ਼ਨ ਬੀਈ ਬੀਟੈਕ ਵਾਲੇ ਫਾਰਮਾ ਵਾਲੇ ਕੈਂਡੀਡੇਟਸ ਤੇ ਗ੍ਰੈਜੂਏਸ਼ਨ ਪੋਸਟ ਡਿਗਰੀਏਸ਼ਨ ਵਾਲੇ ਕੈਂਡੀਡੇਟ ਵੀ ਐਲੀਜੀਬਲ ਨੇ ਤੇ ਅਪਲਾਈ ਕਰ ਸਕਦੇ ਨੇ ਜਲਦੀ ਨਾਲ ਚੈੱਕ ਕਰਕੇ ਅਪਲਾਈ ਕਰ ਲਵੋ ਫਿਰ ਵੀ ਕੋਈ ਡਾਊਟ ਹੋਏ ਤਾਂ ਜ਼ਰੂਰ ਦੱਸਿਓ ਇਹ ਸੀਗਾ ਅੱਜ ਦਾ ਨੋਟੀਫਿਕੇਸ਼ਨ ਮਿਲਦਾ ਹੈ ਜੀ ਨਵੇਂ ਨੋਟੀਫਿਕੇਸ਼ਨ ਦੇ ਨਾਲ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਧੰਨਵਾਦ